ਨਾਕੇ ਤਾਂ ਥਾਂ ਥਾਂ ਦੇ ਉੱਤੇ ਲੱਗੇ ਹੋਏ ਨੇ, ਪਰ ਮੈਨੂੰ ਲੱਗਦਾ ਇਹ ਜਿਹੜੇ ਨਾਕੇ ਨੇ ਇਹ ਬੰਦਿਆਂ ਵਾਸਤੇ ਹੀ ਨੇ ਜਾਂ ਫਿਰ ਮੁੰਡਿਆਂ ਵਾਸਤੇ ਹੀ ਨੇ ਜਿਹੜੇ 18 ਸਾਲ ਤੋਂ ਘੱਟ ਨੇ ਮੁੰਡੇ, ਉਹਨਾਂ ਵਾਸਤੇ ਨੇ। ਜਦੋਂ ਕਿ ਜਿਹੜੀਆਂ ਕੁੜੀਆਂ ਐਕਟਿਵਾ ਮੋਟਰਸਾਈਕਲ ਜਾਂ ਗੱਡੀਆਂ ਚਲਾਉਂਦੀਆਂ ਨੇ, ਉਹਨਾਂ ਕੋਲੇ ਲਾਇਸੈਂਸ ਹੈ ਜਿਹੜੇ, ਉਹ ਜੇ ਆਪਾਂ ਰੇਸ਼ੋ ਕੱਢੀਏ ਤਾਂ 25% ਕੁੜੀਆਂ ਹੋਣੀਆਂ ਨੇ ਜਿਨ੍ਹਾਂ ਕੋਲੇ ਲਾਇਸੈਂਸ ਹੋਣਗੇ, ਨਹੀਂ ਤਾਂ 75% ਕੁੜੀਆਂ ਨੇ ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਹੁੰਦੇ। ਤੇ ਕਿਤੇ ਨਾ ਕਿਤੇ ਜੇ ਕਿਤੇ ਐਕਸੀਡੈਂਟ ਹੋਇਆ ਹੋਵੇ ਤੇ ਉੱਤੋਂ ਦੀ ਡਰਾਈਵ ਕੁੜੀ ਕਰਦੀ ਹੋਵੇ ਤਾਂ ਉੱਥੇ ਗਲਤੀ 95% ਕੁੜੀ ਦੀ ਹੋਈ ਹੁੰਦੀ ਹੈ ਮੈਨੂੰ ਲੱਗਦਾ।